सुजानपुर के वार्ड नंबर 6 गांव फलकपुर पिछले लंबे समय से मूलभूत सुविधाओं से वंचित है, जिसके चलते आज वार्ड वासियों द्वारा नगर कौंसिल और एमसी के खिलाफ रोष व्यक्त किया गया, जिसकी जानकारी में प्रधान रोमी ठाकुर ने बताया है कि जब से हमारा गांव फलकपुर कौंसिल की हद में आया है, तब से गाँव में कौंसिल द्वारा कोई भी विकास कार्य नहीं करवाया गया है। मेरा नाम रोमिया जी, मेरी वार्ड नंबर 6 है, पिंड फलकपुरा। साड़ी गली में 4 साल तो काम नहीं लग्या, एमसी आंदे है, एमसी साड़ा कालचक तो है रमेश लाल जी, तो 5 साल तो साड़ी गली कम लिया, सड़क टुटी टुटिया पई हैं, बड़े परेशान हैं पिंड वाले। ਅਸੀਂ ਚਾਹੁੰਦੇ ਹਾਂ ਕਿ ਸਾਡੀ ਗਲੀ ਦਾ ਕੰਮ ਲੱਗੇ, ਪਿੰਡ ਦੀ ਸਮੱਸਿਆ ਹੱਲ ਕੀਤੀ ਜਾਏ। ਸਾਡੀ ਗਲੀਆਂ ਦਾ ਮਸਲਾ ਜਿਹੜਾ ਇਹ ਜਲਦੀ ਤੋਂ ਜਲਦੀ ਹੋਣਾ ਚਾਹੀਦਾ, ਸਾਡੀ ਐਮ ਸੀ ਵਗੈਰਾ ਕੋਈ ਨਹੀਂ ਸੁਣ ਰਿਹਾ। ਚਲੋ ਗਲੀਆਂ ਤੋਂ ਇਲਾਵਾ ਹੋਰ ਕੀ ਸਮੱਸਿਆ? ਹੋਰ ਕੀ ਸਮੱਸਿਆ? ਚਲੋ ਜੋ ਰਿਪੇਅਰ ਸ਼ੇਅਰ ਆ ਸਾਰਾ ਠੀਕ ਕਰੋ। ਕਿੰਨੀ ਦੇਰ ਤੋਂ ਸਮੱਸਿਆ? ਇਹ ਹੋ ਗਏ 4-5 ਸਾਲ ਜੀ, ਪੂਰੀ ਤੋਂ ਬਾਅਦ ਬਣੇਗਾ ਕੱਖ ਨਹੀਂ। ਐਮ ਸੀ ਨੂੰ ਦੱਸਿਆ ਤੁਸੀਂ ਇਸ ਬਾਰੇ? ਉਹ ਐਮ ਸੀ ਨੂੰ ਪੁੱਛਿਆ ਤੁਸੀਂ, ਐਮ ਸੀ ਸੁਣਦਾ ਨਹੀਂ ਸਾਡੀ ਆਪਣੇ ਪੇਟੀ ਕਰਦਾ। ਕਿ ਸਾਡੀ ਗਲੀਆਂ ਦੇ ਕੰਮ ਲੱਗੇ ਦੇ ਕਾਫੀ ਚਿਰ ਹੋ ਗਿਆ, ਸਾਡੀ ਗਲੀਆਂ ਟੁੱਟੇ ਦੀਆਂ ਹੈਗੀਆਂ, ਸਾਡੇ ਨਾਲੀਆਂ ਦੇ ਦੇਖੋ ਆ ਕੇ ਕੀ ਬੁਰੀ ਹਾਲਤ ਹੋਈ ਦੀਆਂ ਹੈਗੀਆਂ ਹੈਗੀਆਂ। ਕਹਿੰਦੇ ਕਿ ਲੋਕਾਂ ਦੇ ਪਿੰਡਾਂ 'ਚ ਗਰਾਂਟਾਂ ਵੀ ਆਉਣ ਰਹੀਆਂ ਫਲੱਸਾਂ ਦੀਆਂ, ਸਾਡੇ ਪਿੰਡ ਕਦੀ ਗਰਾਂਟ ਸੜ ਕੇ ਸਾਡੇ ਪਿੰਡ ਦਾ ਕਿਸੇ ਨੇ ਹੱਲ ਵੀ ਨਹੀਂ ਕੀਤਾ ਹੈਗਾ ਆਗੇ, ਕਿਉਂਕਿ ਅਸੀਂ ਵੋਟ ਪਾਉਣੇ ਇਹਨਾਂ ਨੂੰ ਤਾਂ ਪਾਉਣੇ, ਜੇ ਇਹਨਾਂ ਨੇ ਸਾਡਾ ਹੱਲ ਸੋਚਣਾ ਤਾਂ ਕਿਹਨਾਂ ਨੂੰ ਸੋਚਣਾ ਹੈਗਾ ਆ। ਅਸੀਂ ਕਹਿੰਦੇ ਕਿ ਸਾਡਾ ਆ ਗਿਆ ਪਿੰਡ ਸੁਧਾਰਨ, ਸਾਡਾ ਪਿੰਡ ਵਾਲੇ ਕਹਿੰਦੇ ਆ ਕਿ ਉਹਦੇ ਵਿੱਚ ਆਇਦਾ ਹੈਗਾ ਆ, ਕੋਈ ਕਮੇਟੀ ਜਾਂਦਾ, ਕਮੇਟੀ ਵਾਲੀ ਕੋਈ ਹਾਲਤ ਨਹੀਂ ਹੈਗੀ ਸਾਡੇ ਪਿੰਡ 'ਤੇ, ਕੋਈ ਦੇਖੇ ਸਹੀ ਆ ਗਏ ਸਾਡੇ ਪਿੰਡ ਦੀਆਂ ਗਲੀਆਂ ਦੇਖਣ ਤਾਂ ਨਾਲੀਆਂ ਦੇਖੋ ਆ ਗਏ, ਜੇ ਸਾਡਾ ਪਿੰਡ ਕਮੇਟੀ ਲੈਣਾ ਸਾਡਾ ਪਿੰਡ ਸੁਧਾਰ ਕਰੋ ਸਾਡੇ ਪਿੰਡ ਦਾ। ਹਾਂ ਕਿੰਨੇ ਚਿਰ ਹੋਇਆ ਇੱਥੇ ਵੋਟ ਪਾਏ ਤਾਂ ਕੁਛ ਨਹੀਂ ਹੱਲ ਹੋਇਆ, ਤਾਂ ਸਾਡਾ ਪਿੰਡ ਸੁਧਾਰੋ ਆ ਕੇ, ਸਾਡੀ ਇਹੀ ਬੇਨਤੀ ਹੈ। ਐਮ ਸੀ ਵੀ ਨਹੀਂ ਆਇਆ ਹੈਗਾ ਸਾਡੇ ਪਿੰਡ ਚੱਕਰ ਲਾ, ਹੁਣ ਅੱਜ ਕਹਿ ਕੇ ਗਏ ਆ ਨਾਲੀਆਂ ਦਾ ਕੰਮ ਲੱਗਣਾ, ਪਰ ਨਾਲੀਆਂ ਦਾ ਕੀ ਫਾਇਦਾ ਜੀ, ਸਾਡੀ ਗਲੀਆਂ ਨਹੀਂ ਬਣੀਆਂ ਗੀਆਂ ਤਾਂ ਨਾਲੀਆਂ ਕੀ ਕਰਨੀਆਂ ਹੈਗੀਆਂ, ਸਾਡਾ ਆ ਕੇ ਤਾਂ ਸਾਡੇ ਪਿੰਡ ਦਾ ਹੱਲ ਕਰੋ ਕੋਈ।